ਹਾਂਜੀ ਬੇਟਾ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਵੀਡੀਓ ਆਪਣੀ ਬੜੀ ਮਹੱਤਵਪੂਰਨ ਹੈ ਬੇਟਾ ਛੇਵੀਂ ਤੋਂ ਦਸਵੀਂ ਤੱਕ ਜਿਹੜੇ ਬੱਚੇ ਪੜ੍ਹ ਰਹੇ ਹੈ ਉਹਨਾਂ ਲਈ ਆਪਣੀ ਵੀਡੀਓ ਹੈ ਅੱਜ ਦੀ ਇਹ ਵੀਡੀਓ ਹੈ ਮੈਥ 올ਿਮਪੀਅਡ ਨਾਲ ਸੰਬੰਧਿਤ ਮੈਥ 올ਿਮਪੀਅਡ ਇਹ ਪਹਿਲਾਂ ਵੀ ਹੋਇਆ ਬੇਟਾ ਇੱਕ ਵਾਰ ਠੀਕ ਹੈ ਇਹਦੇ ਵਿੱਚ ਕੀ ਹੁੰਦਾ ਹੈ ਮੈਥ ਵਿਸ਼ੇ ਦੇ ਵਿੱਚ ਉਤਸੁਕਤਾ ਵਧਾਉਣ ਲਈ ਇੰਟਰਸਟ ਵਧਾਉਣ ਲਈ ਕੰਪੀਟੀਸ਼ਨ ਕਰਵਾਇਆ ਜਾਂਦਾ 6ਵੀਂ ਤੋਂ 10ਵੀਂ ਤੱਕ ਦੇ ਬੱਚਿਆਂ ਦਾ ਤੇ ਉਸ ਦੇ ਵਿੱਚੋਂ ਪਹਿਲੇ 1000 ਬੱਚੇ ਠੀਕ ਹੈ ਜਿਹੜੇ ਬੱਚੇ ਵਧੀਆ ਅੰਕ ਲੈਂਦੇ ਨੇ ਠੀਕ ਹੈ ਪੂਰੇ ਪੰਜਾਬ ਦੇ ਵਿੱਚੋਂ ਸਿਲੈਕਟ ਕੀਤੇ ਜਾਂਦੇ ਆ ਜਿਨ੍ਹਾਂ ਨੂੰ ਬਜੀਫੇ ਵਜੋਂ ਪੈਸੇ ਜਿਹੜੇ ਰੁਪਏ ਆ ਉਹ ਦਿੱਤੇ ਜਾਂਦੇ ਆ ਠੀਕ ਹੈ ਤਾਂ ਇਹ ਕਦੋਂ ਹੋਣਾ ਹੁਣ ਆਪਾਂ ਇਸ ਬਾਰੇ ਇਹ ਕਿਵੇਂ ਹੋਣਾ ਕਦੋਂ ਹੋਣਾ ਸਾਰਾ ਕੁਝ ਇਸ ਵੀਡੀਓ ਵਿੱਚ ਤੁਹਾਡੇ ਨਾਲ ਡਿਸਕਸ ਕਰਾਂਗੇ ਤਾਂ ਬੜੀ ਮਹੱਤਵਪੂਰਨ ਵੀਡੀਓ ਹੈ ਅੱਜ ਦੀ ਤਾਂ ਤੁਸੀਂ ਉਸ ਹਾਵ ਨਾਲ ਆਪਣੇ ਮੈਥ ਵਿਸ਼ੇ ਦੀ ਤਿਆਰੀ ਕਰਨੀ ਹੈ ਤਾਂ ਕਿ ਤੁਸੀਂ ਵੀ ਇਸ ਇਨਾਮ ਦੇ ਵਿੱਚ ਆਪਣੇ ਆਪ ਨੂੰ ਪ੍ਰਵਲ ਜਾਂ ਗलिए ਪ੍ਰਮੁੱਖ ਦਾਵੇਦਾਰ ਪੇਸ਼ ਕਰ ਸਕੋ ਠੀਕ ਹੈ ਉਹ ਪੂਰੀ ਤਿਆਰੀ ਤੁਸੀਂ ਕਰਨੀ ਹੈ ਤਾਂ ਕਿ ਤੁਸੀਂ ਵੀ ਇਸ ਇਗਜ਼ਾਮ ਦੇ ਵਿੱਚੋਂ ਜਾਂ 올ਿਮਪੀਅਡ ਦੇ ਵਿੱਚੋਂ ਵਧੀਆ ਅੰਕ ਲੈ ਕੇ ਵਜੀਫਾ ਹਾਸਲ ਕਰ ਸਕੋ ਠੀਕ ਹੈ ਜੀ ਚਲੋ ਆਪਾਂ ਪੜ੍ਹਦੇ ਹਾਂ ਇਸ ਲੈਟਰ ਨੂੰ 6ਵੀਂ ਤੋਂ 10ਵੀਂ ਜਮਾਤਾਂ ਲਈ ਮੈਥ 올ਿਮਪੀਅਡ ਸੰਬੰਧੀ ਇਹ ਵੀਡੀਓ ਹੈ ਚਲੋ ਤਾਂ ਜਿਵੇਂ ਮੈਂ ਪਹਿਲਾਂ ਹੀ ਦੱਸਤਾ ਵੀ ਆਪ ਜੀ ਨੂੰ ਪਤਾ ਹੈ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਮੇਂ-ਸਮੇਂ ਤੇ ਗਣਿਤ ਵਿਸ਼ੇ ਵਿੱਚ ਪਰਿਪੱਕਤਾ ਠੀਕ ਹੈ ਲਿਆਉਣਾ ਤੇ ਭਵਿੱਖ ਵਿੱਚ ਆਉਣ ਵਾਲੇ ਗਣਿਤ ਮੁਕਾਬਲਿਆਂ ਲਈ ਤਿਆਰ ਕਰਨ ਮਤਲਬ ਜਿਹੜੇ ਅਗੇ ਤੁਸੀਂ ਕੰਪੀਟਿਸ਼ਨ ਕੰਪੀਟੀਸ਼ਨ ਐਗਜ਼ਾਮ ਦੇਣੇ ਮੈਥ ਵਿਸ਼ੇ ਨਾਲ ਸੰਬੰਧਿਤ ਉਸ ਲਈ ਤਿਆਰ ਕਰਨ ਲਈ ਮੈਥ 올ਿਮਪੀਅਡ ਜਿਹੜਾ ਉਹ ਕਰਵਾਇਆ ਜਾ ਰਿਹਾ ਹੈ ਇਹ ਮੈਥ 올ਿਮਪੀਅਡ 6ਵੀਂ ਤੋਂ 10ਵੀਂ ਜਮਾਤਾਂ ਲਈ ਵੱਖਰਾ-ਵੱਖਰਾ ਕਰਵਾਇਆ ਜਾ ਰਿਹਾ ਹੈ ਹਰੇਕ ਜਮਾਤ ਲਈ 6ਵੀਂ ਲਈ 8 ਸੱਤਵੀਂ ਲਈ 8ਵੀਂ ਲਈ 9ਵੀਂ ਲਈ 10ਵੀਂ ਲਈ ਜਿਸ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 6ਵੀਂ ਤੋਂ 10ਵੀਂ ਜਮਾਤ ਦੇ ਵੱਧ ਤੋਂ ਵੱਧ ਵਿਦਿਆਰਥੀ ਜਿਹੜੇ ਉਹ ਭਾਗ ਲੈਣਗੇ ਠੀਕ ਹੈ ਜੋ ਵੀ ਕੋਈ ਵੀ ਬੱਚਾ ਜਿਹੜਾ ਇੰਟਰਸਟ ਰੱਖਦਾ ਮੈਥ ਦੇ ਵਿੱਚ ਜਿਹੜਾ ਭਾਗ ਲੈਣਾ ਚਾਹੁੰਦਾ ਉਹ ਇਸ ਦੇ ਵਿੱਚ ਲੈ ਸਕਦਾ ਕੋਈ ਕੰਡੀਸ਼ਨ ਨਹੀਂ ਹੈ ਠੀਕ ਹੈ ਬੇਟਾ ਇਸ ਦੀ ਜਿਹੜੀ ਸਾਫਟ ਕਾਪੀ ਆ ਉਹ ਭੇਜ ਦਿੱਤੀ ਜਾਏਗੀ ਬਾਅਦ ਦੇ ਵਿੱਚ ਇਹਦੇ ਪ੍ਰਿੰਟ ਆਊਟ ਤੁਹਾਨੂੰ ਦਿੱਤੇ ਜਾਣਗੇ ਠੀਕ ਹੈ ਤੇ ਜ਼ਿਆਦਾ ਇੰਪੋਰਟੈਂਟ ਆ ਜਿਹੜੀ ਲਾਈਨ ਇਹ ਕਦੋਂ ਹੋਣਾ ਵੀ ਇਹ 올림픽 ਮੀਤੀ 21 ਜਨਵਰੀ ਨੂੰ 10:30 ਤੋਂ 11 ਵਜੇ ਲਿਆ ਜਾਣਾ ਠੀਕ ਹੈ ਤੇ ਇਸ ਦਾ ਨਤੀਜਾ ਜਿਹੜਾ ਉਹ ਅਧਿਆਪਕ ਸਹਿਬਾਨ ਵੱਲੋਂ ਡਿਪਾਰਟਮੈਂਟ ਨੂੰ ਭੇਜਿਆ ਜਾਣਾ ਜਿਹੜੇ ਅਧਿਆਪਕ ਤੁਹਾਨੂੰ ਗਣਿਤ ਵਿਸ਼ਾ ਪੜਾਉਂਦੇ ਆ ਠੀਕ ਹੈ ਜੀ ਇਹ 올ਿਮਪੀਅਡ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਗਣਿਤ ਸਿੱਖਣ ਲਈ ਉਤਸ਼ਾਹਤ ਕਰਨ ਲਈ ਮੈਰਿਟ ਸਰਟੀਫਿਕੇਟ ਮਤਲਬ ਜੇ ਕੋਈ ਬੱਚਾ ਇਸ ਐਗਜ਼ਾਮ ਨੂੰ ਕਲੀਅਰ ਕਰਦਾ ਉਹਨੂੰ ਮੈਟ ਦਾ ਸਰਟੀਫਿਕੇਟ ਵੀ ਦਿੱਤਾ ਜਾਏਗਾ ਤੇ ਨਗਦ ਰਕਮ ਜਿਹੜੀ ਇਨਾਮ ਵਜੋਂ ਦਿੱਤੀ ਜਾਵੇ ਮਤਲਬ ਪੈਸੇ ਵੀ ਰੁਪਏ ਵੀ ਦਿੱਤੇ ਜਾਣੇ ਇਸ ਲਈ 6ਵੀਂ ਤੋਂ 10ਵੀਂ ਤੱਕ ਦੇ ਹਰੇਕ ਜਮਾਤ ਦੀ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ ਤੇ ਨਾਮ ਦਿੱਤੇ ਜਾਣਗੇ ਮੈਰਿਟ ਬਣਾਈ ਜਾਏਗੀ ਵੀ ਪੂਰੇ ਪੰਜਾਬ ਦੇ ਬੱਚਿਆਂ ਦੀ ਜਿਹੜੇ ਬੈਸਟ ਬੱਚੇ ਹੋਣਗੇ ਉਹਨਾਂ ਨੂੰ ਇਹ ਰਾਸ਼ੀ ਆ ਜਿਹੜੀ ਤੇ ਸਰਟੀਫਿਕੇਟ ਦਿੱਤਾ ਜਾਣਾ ਚਲੋ ਹੁਣ ਅਸੀਂ ਦੇਖਦੇ ਹਾਂ ਵੀ ਜਿਹੜੇ ਛੇਮੀ ਦੇ ਨੇ ਪਹਿਲੇ 1000 ਵਿਦਿਆਰਥੀ ਪੂਰੇ ਪੰਜਾਬ ਦੇ ਵਿੱਚੋਂ 1000 ਵਿਦਿਆਰਥੀਏ ਜਿਹੜੇ ਉਹ ਸਿਲੈਕਟ ਕੀਤੇ ਜਾਣੇ ਆ ਠੀਕ ਹੈ ਇਸ ਮੈਥ 올ਿમ્પਿਆਡ ਦੇ ਵੇਸਤੇ ਤੇ 500 ਰੁਪਿਆ ਹਰੇਕ ਵਿਦਿਆਰਥੀ ਨੂੰ ਮਿਲਣਾ ਤੇ ਮੈਰਿਟ ਸਰਟੀਫਿਕੇਟ ਨਾਲ ਮਿਲਣਾ ਜੇ 7ਵੀਂ ਦੇ ਵੀ 1000 ਉਹਨਾਂ ਲਈ ਵੀ ਸੇਮ ਨਾਮ 500 ਰੁਪਿਆ ਪ੍ਰਤੀ ਵਿਦਿਆਰਥੀ ਤੇ ਫਲੈਟ ਸਰਟੀਫਿਕੇਟ ਸਿਮਿਲਰਲੀ 1000 ਵਿਦਿਆਰਥੀ 8ਵੀਂ ਦੇ 500 ਰੁਪਏ ਪ੍ਰਤੀ ਵਿਦਿਆਰਥੀ ਤੇ ਮੈਰਿਟ ਸਰਟੀਫਿਕੇਟ ਦਿੱਤਾ ਜਾਣਾ ਸਾਰੀਆਂ ਕਲਾਸਾਂ ਲਈ ਵੀ 9ਵੀਂ ਲਈ ਵੀ ਪਹਿਲੇ 1000 ਵਿਦਿਆਰਥੀ ਸਿਲੈਕਟ ਕੀਤੇ ਜਾਣਗੇ ਠੀਕ ਹੈ ਤੇ 9ਵੀਂ ਲਈ ਕੀ ਹੈ ਪੈਸੇ ਆ ਜਿਹੜੇ ਉਹ 1000 ਰੁਪਏ 9ਵੀਂ ਲਈ 1000 ਰੁਪਏ 10ਵੀਂ ਲਈ ਵੀ 1000 ਰੁਪਏ ਮਤਲਬ ਮੈਰਿਟ ਸਰਟੀਫਿਕੇਟ ਦੋਨਾਂ ਨੂੰ ਹੀ ਮਿਲਨੇ ਆ 9ਵੀਂ 10ਵੀਂ ਲਈ 1000 ਰੁਪਏ ਮਿਲਣਾ ਹੈ ਪਹਿਲੇ 1000 ਵਿਦਿਆਰਥੀਆਂ ਨੂੰ ਤੇ 6ਵੀਂ ਤੋਂ 8ਵੀਂ 500 ਰੁਪਏ ਮਿਲਣਾ ਹੈ ਪਹਿਲੇ 1000 ਵਿਦਿਆਰਥੀਆਂ ਨੂੰ ਹੁਣ ਇਹਦੇ ਵਿੱਚ ਕਿਹੋ ਜਿਹੇ ਕੁਐਸਚਨ ਹੋਣਗੇ ਕਿੰਨੇ ਹੋਣਗੇ ਇਸ ਮੁਕਾਬਲੇ ਵਿੱਚ ਇਸ ਪ੍ਰੀਖਿਆ ਵਿੱਚ 6ਵੀਂ ਤੋਂ 8ਵੀਂ ਤੱਕ 30 ਮਲਟੀਪਲ ਚੁਆਇਸ ਕੁਐਸਚਨ ਹੋਣਗੇ 30 ਐਮਸੀਕਿਊਸ ਉਹ ਤਾਂ ਮਲਟੀਪਲ ਚੁਆਇਸ ਤੁਹਾਨੂੰ ਚਾਰ ਆਪਸ਼ਨਸ ਦਿੱਤੀਆਂ ਹੋਣੀਆਂ 9ਵੀਂ 10ਵੀਂ ਲਈ ਇਹ 35 ਹੋਣਗੇ ਵੀ 35 ਕੁਐਸਚਨ ਹੋਣਗੇ ਕਲੀਅਰ ਤੇ ਇਹ ਜਿਹੜਾ ਪ੍ਰਸ਼ਨ ਪੱਤਰ ਹੋਏਗਾ 올ਿਮਪੀਅਡ ਦਾ ਉਹ ਸਿਲੇਬਸ ਤੇ ਆਧਾਰਿਤ ਹੋਏਗਾ ਲਰਨਿੰਗ ਆਊਟਕਮ 베ਸਟ ਕੁਐਸਚਨ ਹੋਣਗੇ ਵੇਬੀ ਕੁਐਸਚਨ ਅੰਡਰਸਟੈਂਡਿੰਗ 베ਸਡ ਹੋਣਗੇ ਨੌਲੇਜ 베ਸਡ ਠੀਕ ਹੈ ਤੁਹਾਨੂੰ ਕਿੰਨੀ ਕੁ ਕਨਸੈਪਟ ਦੀ ਜਾਣਕਾਰੀ ਹੈ ਤੇ ਕਿੰਨੀ ਕੁ ਸਮਝ ਹੈ ਅੰਡਰਸਟੈਂਡਿੰਗ ਹੈ ਠੀਕ ਹੈ ਤੇ ਐਪਲੀਕੇਸ਼ਨ 베ਸਡ ਐਪਲੀਕੇਸ਼ਨ ਮਤਲਬ ਉਹਦੀ ਰੋਜ਼ਾਨਾ ਜੀਵਨ ਦੇ ਵਿੱਚ ਉਸ ਮੈਥ ਦੇ ਕਨਸੈਪਟ ਦੀ ਕਿੱਥੇ ਵਰਤ ਹੁੰਦੀ ਹੈ ਉਸ ਨਾਲ ਸੰਬੰਧਿਤ ਪ੍ਰਸ਼ਨ ਜਿਹੜੇ ਤੁਹਾਨੂੰ ਹੋ ਸਕਦੇ ਮਾਨਸਿਕ ਯੋਗਤਾ ਤੇ ਆਧਾਰਿਤ ਵੀ ਹੋਣਗੇ ਵੀ ਮੈਂਟਲ ਐਬਿਲਿਟੀ ਜਿਹੜੀ ਅਸੀਂ ਪੜ੍ਹਦੇ ਆਂ ਰੀਜ਼ਨਿੰਗ ਬੋਲਦੇ ਆਂ ਨੂੰ ਅਸੀਂ ਇਸ ਤੇ ਵੀ ਆਧਾਰਿਤ ਪ੍ਰਸ਼ਨ ਇਹਦੇ ਵਿੱਚ ਉੱਚ ਜਾਣਗੇ ਠੀਕ ਹੈ ਤਾਂ ਉਸ ਹਾਵਨਾ ਤੁਸੀਂ ਇਸ ਦੀ ਤਿਆਰੀ ਹੈ ਜਿਹੜੀ ਉਹ ਕੀਤੀ ਜਾਣੀ ਕਰਨੀ ਹੈ ਠੀਕ ਹੈ ਬੇਟਾ ਤੇ ਜਿਹੜਾ ਇਹਦਾ ਸਪੈਸਿਮਨ ਕਾਪੀ ਹੈ ਮਤਲਬ ਕੁਐਸਚਨ ਕਿਹੋ ਜਿਹਾ ਆਉਣਗੇ ਉਹ ਜਲਦ ਤੁਹਾਨੂੰ ਤੁਹਾਡੇ ਅਧਿਆਪਕ ਸਾਹਿਬਾਨ ਵੱਲੋਂ ਸ਼ੇਅਰ ਕਰ ਦਿੱਤੇ ਜਾਣਗੇ ਹੁਣ ਜਿਆਦਾ ਜ਼ਰੂਰੀ ਗੱਲ ਕੀ ਹੈ ਜੇ ਕੋਵਿਡ-19 ਕਾਰਨ ਸਕੂਲ ਬੰਦ ਰਹਿੰਦੇ ਨੇ ਵੈਸ ਤਾਂ 21 ਤਰੀਕ ਤੱਕ ਉਮੀਦ ਹੈ ਵੀ ਸਕੂਲ ਖੁੱਲ ਜਾਣਗੇ 15 ਤਰੀਕ ਤੋਂ ਬਾਅਦ ਪਰ ਜੇ ਬੰਦ ਰਹਿੰਦੇ ਨੇ ਤਾਂ ਇਹ 올ਿਮਪੀਅਡ ਆਨਲਾਈਨ ਕੰਡਕਟ ਕਰਾਇਆ ਜਾਵੇਗਾ ਤੇ ਹਰੇਕ ਬੱਚੇ ਨੂੰ ਸਕੂਲ ਆਈਡੀ ਦੇ ਥਰੂ ਮਤਲਬ ਇਹ ਪੇਪਰ ਕਰਾਇਆ ਜਾਏਗਾ ਅਪਲੀਕੇਸ਼ਨ ਆਈਡੀ ਹਰੇਕ ਬੱਚੇ ਦੀ ਸਟੂਡੈਂਟ ਆਈਡੀ ਵੀ ਹੈ ਉਸ ਦੇ ਥਰੂ ਇਹ ਪੇਪਰ ਕਰਾਇਆ ਜਾਏਗਾ ਤੇ ਇਸ ਲਈ ਜੇ ਸਕੂਲ ਦਰਾਂ ਹੁੰਦਾ ਤਾਂ ਰਫ ਸ਼ੀਟ ਆਬਵੀਅਸਲੀ ਵੀ ਮੈਥ ਲਈ ਮੁਹੱਈਆ ਕਰਵਾਈ ਜਾਏਗੀ ਤਾਂ ਹੁਣ ਜਿਹੜੀ ਇੰਪੋਰਟੈਂਟ ਕੀ ਹੈ ਵੀ ਇਸ ਪੂਰੇ ਲੈਟਰ ਦੇ ਵਿੱਚ ਵੀ ਮੈਥ 올ਿਮਪੀਅਡ ਕਰਵਾਇਆ ਜਾਣਾ 6ਵੀਂ ਤੋਂ 10ਵੀਂ ਤੱਕ ਦੇ ਬੱਚਿਆਂ ਦੇ ਲਈ ਕਿਉਂ ਕਰਾਇਆ ਜਾਣਾ ਵੀ ਤਾਂ ਕਿ ਮੈਥ ਦੇ ਵਿੱਚ ਬੱਚਿਆਂ ਦਾ ਇੰਟਰਸਟ ਬਣਿਆ ਰਹੇ ਮੈਥ ਨੂੰ ਜਿਆਦਾ ਵਧੀਆ ਤਰੀਕੇ ਨਾਲ ਬੱਚੇ ਇੰਟਰਸਟ ਨਾਲ ਪੜ੍ਹਨ ਠੀਕ ਹੈ ਤਾਂ ਇਸ ਲਈ ਕੀ ਹੋਣਾ ਇੱਕ ਐਗਜ਼ਾਮ ਲਿਆ ਜਾਣਾ ਜਿਹਦੇ ਵਿੱਚੋਂ 6ਵੀਂ ਤੋਂ 10ਵੀਂ ਤੱਕ ਦੇ ਪਹਿਲੇ 1000 ਵਿਦਿਆਰਥੀ ਸਿਲੈਕਟ ਕੀਤੇ ਜਾਣੇ ਆ ਵੀ ਪਹਿਲੇ 1000 ਵਿਅਕਤੀ ਕਿਹੜੇ ਆ ਜਿਨ੍ਹਾਂ ਨੇ ਮਤਲਬ ਇਹ ਐਗਜ਼ਾਮ ਵਧੀਆ ਢੰਗ ਨਾਲ ਕੀਤਾ ਤੇ 6ਵੀਂ ਤੋਂ 8ਵੀਂ ਵਾਲੇ ਬੱਚਿਆਂ ਨੂੰ 500 ਰੁਪਿਆ ਨਗਦ ਤੇ ਸਰਟੀਫਿਕੇਟ ਮਿਲੇਗਾ ਤੇ 9ਵੀਂ 10ਵੀਂ ਨੂੰ 1000 ਰੁਪਿਆ ਨਗਦ ਮਿਲੇਗਾ ਤੇ ਸਰਟੀਫਿਕੇਟ ਠੀਕ ਹੈ ਜੀ ਤਾਂ ਸਾਰੇ ਬੱਚੇ ਜਿਹੜੇ ਮੈਥ ਦੇ ਵਿੱਚ ਵਧੀਆ ਇੰਟਰਸਟ ਰੱਖਦੇ ਨੇ ਮੈਥ ਜਿਨ੍ਹਾਂ ਨੂੰ ਬਹੁਤ ਵਧੀਆ ਅਨੁਸ਼ਾਣ ਲੱਗਦਾ ਪੜ੍ਹਨ ਦੇ ਵਿੱਚ ਤਾਂ ਉਹ ਬੱਚੇ ਇਸ ਐਗਜ਼ਾਮ ਦੇ ਵਿੱਚ ਭਾਗ ਲੈਣਗੇ ਉਮੀਦ ਹੈ ਵੀ ਤੁਸੀਂ ਸਾਰੇ ਹੀ ਇਸ ਐਗਜ਼ਾਮ ਦੇ ਵਿੱਚ ਭਾਗ ਲਓਗੇ ਠੀਕ ਹੈ ਤਾਂ ਕੋਸ਼ਿਸ਼ ਰਹੇਗੀ ਵੀ ਤੁਹਾਡੇ ਅਧਿਆਪਕ ਸਾਹਿਬਾਨ ਵੱਲੋਂ ਵੀ ਸਾਰੇ ਬੱਚਿਆਂ ਨੂੰ ਇਹ 올ਿਮਪੀਆਡ ਆ ਜਿਹੜਾ ਕਰਵਾਇਆ ਜਾਵੇ ਸਾਰੇ ਬੱਚਿਆਂ ਦਾ ਤਾਂ ਕਿ ਕੋਈ ਵੀ ਬੱਚਾ ਇਸ ਦੇ ਵਿੱਚੋਂ ਵਾਂਝਾ ਨਾ ਰਹੇ ਤਾਂ ਇਹ ਵੱਡੀ ਇੰਪੋਰਟੈਂਟ ਹੈ ਸਾਡੇ ਲਈ ਵੀ ਅਸੀਂ ਉਸ ਦੀ ਤਿਆਰੀ ਕਰੀਏ ਵਧੀਆ ਢੰਗ ਨਾਲ ਤਾਂ ਕਿ ਅਸੀਂ ਆਪਣਾ ਵੈਸਟ ਦੇ ਸਕੀਏ ਠੀਕ ਹੈ एग्जाम ਦੇ ਵਿੱਚ ਤੇ ਆਪਣਾ ਸਰਟੀਫਿਕੇਟ ਤੇ ਇਨਾਮ ਜਿੱਤ ਸਕੀਏ ਥੈਂਕ ਯੂ